students how are you welcome to your botany lecture beta we have started community ecology in that we have to read quantitative characteristics first quantitative characteristic is density density means total number of species present per unit area or space onu assi kenne hain density hon jehdi eh density aa it is measured by uh, various methods like quadrate method line transect method ਹੁਣ quadrate method ਦੇ ਵਿੱਚ ਕੀ ਹੁੰਦਾ ਹੈ ਬੇਟਾ ਆਪਣੇ ਲੈਬ ਦੇ ਵਿੱਚ ਇਸ ਤਰ੍ਹਾਂ ਦਾ quadrate ਪਿਆ ਆ ਲੱਕੜੀ ਦਾ ਬਣਿਆ ਹੁੰਦਾ ਆ ਤੁਸੀਂ ਇਹਨੂੰ ਸੇਬੇ ਨਾਲ ਥ੍ਰੈਡ ਨਾਲ ਧਾਗੇ ਨਾਲ ਬਣਾ ਸਕਦੇ ਹੋ ਆਪਣੀ ਲੈਬ 'ਚ ਜਿਹੜਾ ਪਿਆ ਆ ਉਹ ਇਸ ਤਰ੍ਹਾਂ ਦਾ quadrate ਹੈ ਸਪੋਜ਼ ਹੁਣ ਇਹਦਾ ਜਿਹੜੇ ਮੀਜ਼ਰਮੈਂਟ ਆ ਇਹ ਬਣਿਆ ਹੁੰਦਾ ਹੈ ਮੰਨ ਲਓ 100 ਸੈਂਟੀਮੀਟਰ 100 ਸੈਂਟੀਮੀਟਰ 100 ਸੈਂਟੀਮੀਟਰ 100 ਸੈਂਟੀਮੀਟਰ ਦਾ ਛੋਟਾ ਬਣਾਣਾ ਹੈ 10 10 10 ਸੈਂਟੀਮੀਟਰ 20 20 ਇਹ ਤੁਹਾਡੇ ਤੇ ਡਿਪੈਂਡ ਕਰੂਗਾ ਹੁਣ ਤੁਸੀਂ ਇਹਨੂੰ ਕੀ ਕਰਨਾ ਹੈ ਕਿਸੇ ਵੀ ਜਿੱਦਾਂ ਫੀਲਡ ਦੇ ਵਿੱਚ ਜਾ ਕੇ ਇਹਨੂੰ ਉੱਥੇ ਰੱਖ ਦੇਣਾ ਹੈ ਤੇ ਹਰ ਖਾਨੇ ਦੇ ਵਿੱਚ ਕਿੰਨੇ ਨੰਬਰ ਆਫ ਸਪੀਸੀਜ਼ ਆ ਕਿਹੜੀਆਂ ਕਿਹੜੀਆਂ ਸਪੀਸੀਸ ਆ ਤੇ ਕਿੰਨੀ ਵਾਰ ਕਿਹੜੀ ਸਪੀਸੀਸ ਆਇਆ ਇਹ ਸਕੁਆਇਰਡ ਦੇ ਵਿੱਚ ਉਹ ਸਾਰੇ ਅਸੀਂ ਨੰਬਰ ਜਿਹੜੇ ਆ ਲਿਖਣੇ ਹੁੰਦੇ ਆ ਕਾਊਂਟ ਕਰਕੇ ਇੱਕ ਟੇਬਲ ਬਣਾਉਣਾ ਹੁੰਦਾ ਆ ਸੇਮ ਵੇ ਲਾਈਨ ਟ੍ਰਾਂਜੈਕਟ ਵੀ ਇੱਕ ਇਸ ਤਰ੍ਹਾਂ ਦਾ ਸਟ੍ਰਿਪ ਲਾਈਕ ਜਿਵੇਂ ਸਕੇਲ ਹੁੰਦੀ ਆ ਜਾਂ ਇੱਕ ਕੈਲੋ ਫੱਟੀ ਹੁੰਦੀ ਆ ਉਹਦੇ ਵਿੱਚ ਵੀ ਆਈ ਇਸ ਤਰ੍ਹਾਂ ਦੇ ਕੈਲੋ ਹੋਲਸ ਹੁੰਦੇ ਆ ਤੇ ਯਾ ਤਾਂ ਅਸੀਂ ਆਹ ਇਹ ਸਾਡੇ ਤੇ ਡਿਪੈਂਡ ਕਰਦਾ ਕਿ ਆ ਫੱਟੀ ਦੇ ਏਰੀਆ ਚ ਜਿੰਨੇ ਵੀ ਸਪੀਸ਼ੀਸ ਆਂਦੇ ਆ ਯਾ ਆਪਾਂ ਉਹ ਕਾਊਂਟ ਕਰਦੇ ਆ ਕਈ ਵਾਰ ਇਹ ਸਾਡੇ ਮੰਨਣ ਤੇ ਆ ਕਿ ਆਲੇ ਦੁਆਲੇ ਵੀ ਅਸੀਂ ਕਾਊਂਟ ਕਰ ਲੀਦੇ ਆ ਇਹਦੇ ਏਰੀਆ ਚ ਕਿੰਨੇ ਕ ਸਪੀਸ਼ੀਸ ਆਂਦੇ ਆ ਉਹ ਕਾਊਂਟ ਕਰਕੇ ਲਿਖ ਲੈਂਦੇ ਆ ਤੇ ਕਿੰਨੀ ਬਾਰ ਆਂਦੇ ਆ ਹੁਣ ਜਿਹੜਾ ਇਹ ਆ ਮੰਨ ਲਓ ਤੁਹਾਡੇ ਕੋਲ ਇੰਚੀ ਟੇਪ ਆ ਜਾਂ ਮੀਜਰਿੰਗ ਟੇਪ ਆ ਤੁਸੀਂ ਉਹਨੂੰ ਇਸ ਤਰ੍ਹਾਂ ਇੱਥੇ ਕਿੱਲ ਲਗਾ ਕੇ ਉਹਨਾਂ ਨਾਲ ਬੰਨ ਕੇ ਵੀ ਬਣਾ ਸਕਦੇ ਹੋ ਆਪਣਾ ਕੁਆਡਰੇਟ ਫਿਰ ਤੁਹਾਨੂੰ ਜੇ ਤੁਸੀਂ ਚਾਰ ਖਾਨੇ ਬਣਾ ਲਓ ਥ੍ਰੈਡ ਨਾਲ ਜੇ ਤੁਸੀਂ ਐਵੇਂ ਹੀ ਰੱਖਣਾ ਆ ਤਾਂ ਵੀ ਤੁਸੀਂ ਕਰ ਸਕਦੇ ਆ ਕਿ 100 ਬਾਈ 100 ਬਾਈ 100 ਬਾਈ 100 ਸੈਂਟੀਮੀਟਰ ਏਰੀਆ ਚ ਐਨੇ ਨੰਬਰ ਆਫ ਸਪੀਸੀਜ਼ ਆ ਇਹ ਤੇ ਕਿੰਨੀ ਵਾਰ ਕੋਈ ਸਪੀਸ਼ੀਸ ਆਇਆ ਹੈ ਇਹ ਕੈਲਕੂਲੇਟ ਕਰਨਾ ਹੁੰਦਾ ਆ ਹੁਣ ਡੈਂਸਿਟੀ ਜਿਹੜੀ ਆ ਇਟ ਇਜ਼ ਆਫ 2 ਟਾਈਪਸ ਇੱਕ ਡੈਂਸਿਟੀ ਹੈਗੀ ਆ ਕਰੂ ਡੈਂਸਿਟੀ ਤੇ ਸੈਕੰਡ ਹੈਗੀ ਆ ਇਕੋਲੋਜੀਕਲ ਡੈਂਸਿਟੀ ਹੁਣ ਬੇਟਾ ਕਰੂਡ ਡੈਂਸਿਟੀ ਕੀ ਆ ਕਿ ਜਿਹੜੀ कह लो कि नंबर ऑफ स्पीश सॉरी नंबर ऑफ इंडिविजुअल ऑफ अ पर्टीकूलर स्पीशिज पर यूनिट एरिया विद रैफरेंस टू टोटल एरिया अंडर स्टडी मतलब जिना एरिया स्टडी किता एक स्पीश तने इंडिविजुअल उस एरिए सू मिले या उस एरिए अवेलेबल आ ਉਹਨੂੰ ਤਾਂ ਅਸੀਂ ਕਹਿੰਨੇ ਆ ਕਰੀਓ ਡੈਂਸਿਟੀ ਹੁਣ ਇਕੋਲੋਜੀਕਲ ਡੈਂਸਿਟੀ ਕੀ ਆ ਡੈਂਸਿਟੀ ਐਕਸਪ੍ਰੈਸ ਵਿਦ ਰੈਫਰੈਂਸ ਟੂ ਐਕਚੁਅਲ ਹੈਬਿਟੇਬਲ ਸਪੇਸ ਮਤਲਬ ਕੋਈ ਸਪੀਸ਼ੀਜ਼ ਉਹਨੇ ਕੋਈ ਪਾਰਟਿਕੂਲਰ ਹੈਬਿਟੈਟ ਨੂੰ ਓਕੂਪਾਈ ਕੀਤਾ ਆ ਜਾਂ ਕੋਲੋਨਾਈਜ਼ ਕੀਤਾ ਆ ਤਾਂ ਉਹ ਉਹ ਸਪੀਸ਼ੀਜ਼ ਦੀ ਡੈਂਸਿਟੀ ਹੋ ਗਈ ਉਸ ਏਰੀਆ ਚ ਉਹ ਠੀਕ ਹੈ ਉਹਨੂੰ ਅਸੀਂ ਕਹਿੰਨੇ ਆ ਮਤਲਬ ਜੇ ਜਿੰਨਾ ਲੈਂਡ ਉਸ ਆਰਗੇਨਿਜ਼ਮ ਨੇ ਜਾਂ ਉਸ ਇੰਡੀਵਿਜੂਅਲ ਨੇ ਜਾਂ ਉਸ ਸਪੀਸ਼ੀਅਸ ਨੇ ਅਕੂਪਾਈ ਕੀਤਾ ਹੋਇਆ ਆ ਉਹਦੀ ਉੱਥੇ ਦੀ ਮੇਜਰਮੈਂਟ ਕਿ ਕਿੰਨੇ ਸਪੀਸ਼ੀਅਸ ਹੈਗੇ ਥੈਟ ਇਜ਼ ਦਾ ਡੈਂਸ ਇਕੋਲੋਜੀਕਲ ਡੈਂਸਿਟੀ ਆਫ ਥੈਟ ਸਪੀਸ਼ੀਅਸ ਹੁਣ ਜਿਵੇਂ ਆਹਾ ਮੈਂ ਟੇਬਲ ਦੱਸਿਆ ਸੀਗਾ ਕਿ ਮੰਨ ਲਓ ਇੱਕ ਕੁਆਡਰੇਟ ਆਹਾ ਅਸੀਂ ਪਾਇਆ ਆ ਉੱਥੇ ਸਾਨੂੰ ਆਹਾ ਡਿਫਰੈਂਟ ਸਪੀਸ਼ੀਅਸ ਮਿਲੇ ਇਵੋਲਵ ਵਾਲਾ ਸਪੀਸੀਸ ਯੂਫੋਰਬੀਆ ਇਹ ਅਲੱਗ-ਅਲੱਗ ਸਪੀਸੀਸ ਮਿਲੇ ਹੁਣ ਪਹਿਲਾ ਕੁਆਡਰੇਟ ਮਤਲਬ ਇੱਕ ਅਸੀਂ ਆਹ ਕੁਆਡਰੇਟ ਪਾਇਆ ਇਹਦੇ ਵਿੱਚ ਆ ਖੰਨੇ ਆ ਤੇ ਇੱਥੇ ਸਾਨੂੰ ਮੰਨ ਲਓ ਇਹਦਾ ਇਵੋਲਵ ਵਾਸ ਦਾ ਇੱਕ ਸਪੀਸੀਸ ਮਿਲਿਆ ਇੱਥੇ ਕੋਈ ਵੀ ਨਹੀਂ ਮਿਲਿਆ ਇੱਥੇ ਤਿੰਨ ਮਿਲ ਗਏ ਇੱਥੇ ਫਿਰ ਚਾਰ ਮਿਲ ਗਏ ਫਿਰ ਅੱਗੇ ਨਹੀਂ ਮਿਲੇ ਹੈਗੇ ਤਾ ਇਹ ਸਾਰੀ ਇੱਥੇ ਬਹਰੇਵਿਆ ਦੇ ਕਿੰਨੇ ਕਿੰਨੇ ਸਪੀਸ਼ੀਸ ਮਿਲੇ ਇੱਕ ਇੱਕ ਨਹੀਂ ਕੁਆਡਰੇਟ ਅਸੀਂ ਪਾਵਾਂਗੇ ਮੰਨ ਲਓ ਇੱਕ ਇੱਥੇ ਪਾਇਆ ਫਿਰ ਇੱਕ ਅਸੀਂ ਪਿਛਲੇ ਗਰਾਊਂਡ ਚ ਪਾਤਾ ਇੱਕ ਗੇਟ ਤੋਂ ਬਾਹਰ ਵਾਲੇ ਗਰਾਊਂਡ ਚ ਲੈ ਗਏ ਇੱਕ ਸੜਕ ਦੇ ਕਿਤੇ ਕੰਡੇ ਹੋਰ ਅੱਗੇ ਕਿਤੇ ਲੈ ਗਏ ਸਿਵਲ ਹਸਪੀਟਲ ਵਾਲੀ ਆ ਬਿਜਲੀ ਘਰ ਵਾਲ ਤਾਂ ਇਹਦਾ 8-10 ਸਕੁਆਡਰੇਟ ਪਾ ਕੇ ਫਿਰ ਉਹਨਾਂ ਦਾ ਸਮ ਟੋਟਲ ਕਰਕੇ ਫਿਰ ਮੀਨ ਕੱਢੀ ਦਾ ਆ ਤਾਂ ਉਹ ਅਮ ਪੂਰੇ 80 ਦਾ ਕੈਲਕੂਲੇਸ਼ਨ ਕਰਦੇ ਆ ਫਿਰ ਫਾਰਮੂਲਾ ਲਗਾਣੇ ਆ ਡੈਂਸਿਟੀ ਦਾ ਨੰਬਰ ਆਫ ਇੰਡੀਵਿਜੂਅਲਸ ਆਫ ਅ ਸਪੀਸ਼ੀਸ ਮਤਲਬ ਇੱਕ ਸਪੀਸ਼ੀਸ ਦੇ ਕਿੰਨੇ ਇੰਡੀਵਿਜੂਅਲਸ ਮਿਲੇ ਆ ਅਪਨ ਟੋਟਲ ਏਰੀਆ ਸੈਂਪਲਡ ਕਿੰਨਾ ਅਸੀਂ ਏਰੀਆ ਕਵਰ ਕੀਤਾ ਹੈ ਜਿੱਦਾਂ ਹੁਣ 100 ਬਾਈ 100 ਬਾਈ 100 ਦਾ 1 ਹੋ ਗਿਆ दस क्वाडरेट पाए तो हंडरड हंडरड हंड्रड दस बार असी कैलकुलेट करने तो टोटल हे ए, एरिया जोड़ा है हो सकता फिफ्टी किलोमीटर्स का एरिया हो जाए या फिर वन कह लो कि ट्वेंटी किलोमीटर्स का हो गया फिर एक तो असी एकर हैक्टेयरस एदा असी सारा फॉर्मूला लगा के कैलकुलेट कर लेता तो है थोड़ा पता ही आ जिमें तो पढ़िया ही आ वन मिलीटर इजकअल टू सॉरी हंड्रेड मि हंड्रेड लीटरस किन्ने मि लीटर आ या कह लो कि हंड्रेड ग्राम्स केिलीग्राम्स आ इस तरह फॉर्मूला आप लग वा कैलकुलेट कर ले वी चीज़ हूँ फिर जो सा नैक्सट है फैक्टर uh, वो हैगा कवर ਹੁਣ ਕਵਰ ਨੂੰ ਆਪਾਂ ਪਰਸੈਂਟੇਜ ਚ ਕੈਲਕੂਲੇਟ ਕਰਦੇ ਆ ਇਹ ਇੱਕ ਗੱਲ ਆ ਤੇ ਕਵਰ ਦਾ ਮਤਲਬ ਦੋ ਹੁੰਦੇ ਆ ਇੱਕ ਅਪਰ ਕਵਰ ਹੋ ਗਿਆ ਤੇ ਇੱਕ ਗਰਾਉਂਡ ਕਵਰ ਹੋ ਗਿਆ ਗਰਾਉਂਡ ਕਵਰ ਜਿਵੇਂ ਹੁਣ ਆਹਾ ਅਸੀਂ ਪੇੜ ਲਗਾਇਆ ਆ ਔਰ ਇਸ ਪੇੜ ਨੇ ਸਟੈਮ ਨੇ ਕਿੰਨਾ ਏਰੀਆ ਕਵਰ ਕੀਤਾ ਇਥੋਂ ਇਹਦੇ ਰੂਟਸ ਵੀ ਨਿਕਲਨੇ ਆ ਤਾਂ ਆ ਜਿਹੜਾ ਇਹਨੇ ਏਰੀਆ ਕਵਰ ਕੀਤਾ ਆ ਦਿਸ ਇਜ਼ ਮਿੱਟੀ ਦੇ ਆਲੇ ਦੁਆਲੇ ਇਹ ਹੋ ਗਿਆ ਗਰਾਊਂਡ ਕਵਰ ਹੁਣ ਟ੍ਰੀ ਆ ਬਣਿਆ ਪੂਰਾ ਫੈਲਿਆ ਇਹਦੀ ਆ ਜਿਹੜੀ ਕਰਾਊਨ ਆ ਕੈਨੋਪੀ ਆ ਕਿ ਇਹਨੇ ਉੱਪਰੋਂ ਕਿੰਨਾ ਏਰੀਆ ਕਵਰ ਕੀਤਾ ਆ ਦਿਸ ਇਜ਼ ਜਿਹੜਾ ਆ ਅਪਰ ਕਵਰ ਹੋ ਗਿਆ ਇਹਨੂੰ ਅਸੀਂ ਕੈਨੋਪੀ ਕਵਰ ਵੀ ਕਹਦਾ ਹੀ ਦਾ ਆ ਤੇ ਹੁਣ ਤੁਹਾਨੂੰ ਜੰਗਲ ਚ ਜੇ ਤੁਸੀਂ ਫੋਰੈਸਟ ਕਦੇ ਦੇਖਿਆ ਹੋਵੇ ਤਾਂ ਤੁਹਾਨੂੰ ਪਤਾ ਹੈ ਉੱਥੇ ਡੈਂਸ ਫੋਰੈਸਟ ਆ ਤਾਂ ਟਰੀ ਜਿਹੜੇ ਨਾਲ-ਨਾਲ ਆ ਤਾਂ ਇੱਕ ਟਰੀ ਨੇ ਐਨਾ ਏਰੀਆ ਕਵਰ ਕੀਤਾ ਤਾਂ ਉਹਨੂੰ ਆਪਾਂ ਮੀਜ਼ਰ ਕਰਕੇ ਕਰ ਸਕਦੇ ਹਾਂ ਕਿ ਜੇ ਇੱਕ ਨੇ ਇੱਕ ਟਰੀ ਨੇ ਐਨਾ ਏਰੀਆ ਕਵਰ ਕੀਤਾ ਆ 10 ਨੇ ਕਿੰਨਾ ਕਵਰ ਕੀਤਾ ਆ ਫਿਰ ਉਹਦਾ ਪਰਸੈਂਟੇਜ ਕੱਢ ਲਿਆ ਤਾਂ ਇਹ ਆਪਾਂ ਨੂੰ ਮਿਲ ਜਾਂਦਾ ਆ ਕਵਰ ਕਰਾਊਨ ਕਵਰ ਤੇ ਬੇਸਲ ਕਵਰ ਨੂੰ ਕਹਿੰਦੇ ਆ ਗਰਾਊਂਡ ਕਵਰ ਜਾਂ ਬੇਸਲ ਕਵਰ ਹੁਣ ਇਹ ਜਿਹੜਾ ਕਵਰ ਆ 크라운 ਕਵਰ ਜਿਹੜਾ ਆ ਆ ਮੈਂ ਪਹਿਲੇ ਹੀ ਦੱਸਤਾ ਕਿ 3 ਇਸ ਨੇ ਜਿਹੜੀ ਆ ਪੂਰਾ ਕੈਨੋਪੀ ਕਿੰਨੀ ਕਵਰ ਕੀਤੀ ਹੋਈ ਆ ਉਹਨੂੰ ਅਸੀਂ ਕਹਿੰਨੇ ਆ 크라운 ਕਵਰ ਜੇ ਹੁਣ ਜਿੱਦਾ ਹੈ ਗ੍ਰਾਸ ਲੱਗਿਆ ਆ ਤੇ ਹੁਣ ਗ੍ਰਾਸ ਨੇ ਇੱਕ ਚੋਰ ਮਟਨੇ ਕਿੰਨਾ ਏਰੀਆ ਕਵਰ ਕੀਤਾ ਆ ਇਹਨੂੰ ਵੀ ਅਸੀਂ ਆਪਣੇ ਕਹਲੋ ਕਿ ਇੰਚੀ ਟੇਪ ਨਾਲ ਜਾਂ ਮੈਜਰਿੰਗ ਟੇਪ ਨਾਲ ਜਾਂ ਹੋਰ ਬਹੁਤ ਸਾਰੇ ਇਨਸਟਰੂਮੈਂਟਸ ਹੈਗੇ ਆ ਜਿਨ੍ਹਾਂ ਨਾਲ ਆਪਾਂ ਡਿਟਰਮਾਈਨ ਕਰਸਾਏਦੇ ਹਾਂ ਫਾਰ ਇਗਜ਼ਾਮਪਲ ਅੱਜ ਦਾ ਪਲੈਨਿਮੈਟਰੀ ਹੈਗਾ ਆ ਤੁਸੀਂ ਆਪਣੇ ਫਿਜ਼ਿਕਸ ਦੇ ਵਿੱਚ ਵਰਨੀਅਰ ਕੈਲੀਪਰ ਦੇਖਿਆ ਹੋਣਾ ਆ ਇੱਕ ਕਹੋ ਕਿ ਰੈਕਟੈਂਗੂਲਰ ਜਿਆ ਇਨਸਟਰੂਮੈਂਟ ਹੁੰਦਾ ਆ ਉੱਤੇ ਸਕਰੂ ਲੱਗਿਆ ਹੁੰਦਾ ਆ ਸਕੇਲ ਹੁੰਦੀ ਆ ਉਹਨੂੰ ਸਕਰੂ ਨੂੰ ਘੁਮਾਵਤਾ ਖੁੱਲ ਜਾਂਦਾ ਆ ਉਹ ਕੈਲੀਪਰ ਉਹਦੇ ਵਿੱਚ ਮੰਨ ਲਓ ਅਗਰ ਤੁਸੀਂ ਪੈਨਸਿਲ ਦਾ ਵੋਲਿਊਮ ਨਾਪਨਾ ਹੈ ਉਹ ਤਾਂ ਵੈਸੇ ਵੋਲਿਊਮ ਨਾਪਣ ਲਈ ਹੈ ਤਾਂ ਉਹਨੂੰ ਪੈਨਸਿਲ ਵਿੱਚ ਫਿਕਸ ਕਰਕੇ ਬੰਦ ਕਰ ਦੋ ਤਾਂ ਤੁਹਾਨੂੰ ਪੈਨਸਿਲ ਦਾ ਰੇਡੀਅਸ ਡਾਇਆਮੀਟਰ ਪਤਾ ਲੱਗ ਜਾਂਦਾ ਕਿੰਨਾ ਆ ਤਾਂ ਇਸੇ ਹੀ ਤਰ੍ਹਾਂ ਪਲੇਨਿਮੈਟਰੀ ਹੁੰਦਾ ਆ ਉਹ ਏਰੀਆ ਨੂੰ ਕਵਰ ਕਰਦੇ ਆ ਅਸੀਂ ਉੱਥੇ ਰੱਖਦੇ ਹਾਂ ਉੱਤੇ ਸਕੇਲ ਬਣੀ ਹੁੰਦੀ ਆ ਤਾਂ ਇੱਕ ਚੁਰਮਟ ਆਪਾਂ ਨੂੰ ਪਤਾ ਲੱਗ ਜਾਂਦਾ ਇੱਕ ਗ੍ਰਾਸ ਨੇ ਕਿੰਨਾ ایریا ਕਵਰ ਕੀਤਾ ਹੈ ਤਾਂ ਆਪਾਂ ਕੈਲਕੂਲੇਸ਼ਨ ਕਰ ਸਕਦੇ ਹਾਂ 10 ਦੀ 100 ਦੀ ਇਦਾਂ ਹੁਣ ਬੇਸਲ ایرিয়া ਜਿਹੜਾ ਆ ਪਰ 3 ਅਸੀਂ ਜੇ ਕੈਲਕੂਲੇਟ ਕਰੀਏ ਤਾਂ ਉਹ ਹੁੰਦਾ ਹੈ ਟੋਟਲ ਬੇਸਲ ایرিয়া ਅਪਨ ਨੰਬਰ ਆਫ 3s ਤਾਂ ਮੈਂ ਪਹਿਲਾਂ ਵੀ ਦੱਸਿਆ ਕਿ ਇੱਕ 3 ਦਾ ਆਪਾਂ ਕੱਢਾਂਗੇ ਉਥੋਂ ਹੀ ਅਸੀਂ 10 ਦਾ ਫਿਰ 100 ਦਾ 1000 ਦਾ ਪੂਰੇ ਜੰਗਲ ਦਾ ਅਸੀਂ ਕੱਢ ਸਕਦੇ ਆ ਸਾਨੂੰ ਇੱਕ ਟ੍ਰੂ ਵੈਲਿਊ ਜਿਹੜੀ ਆ ਉਹ ਫਾਈਂਡ ਕਰਨ ਦੀ ਲੋੜ ਹੁੰਦੀ ਆ ਉਹਨੂੰ ਅਸੀਂ ਇਹ ਨਹੀਂ ਕਿ ਇੱਕ ਵਾਰੀ ਨਾਪ ਲਿਆ 50 ਵਾਰ ਨਾਪਾਂਗੇ 30 ਵਾਰ ਨਾਪਾਂਗੇ ਫਿਰ ਅਸੀਂ ਉਤੋਂ ਸਮ ਟੋਟਲ ਕਰਕੇ ਇੱਕ ਵੈਲਿਊ ਕੱਢਾਂਗੇ ਫਿਰ 10 ਟ੍ਰੀ ਦੀ ਕੱਢਾਂਗੇ ਉਤੋਂ ਫਿਰ 100 ਟ੍ਰੀ ਦੀ ਕੱਢਾਂਗੇ ਫਿਰ ਜਿਹੜਾ ਨੈਕਸਟ ਕੁਆਂਟੀਟੇਟਿਵ ਫੈਕਟਰ ਆ ਉਹ ਹੈਗਾ ਆ ਅਬੰਡੈਂਸ ਹੁਣ ਅਬੰਡੈਂਸ ਕੀ ਆ number of individuals of a species present in the unit area matlab ek ke area de vich ek species de kinne individual abundance matlab je jyada present hoegi to unni jyada hogi abundance ya man lo bahrevia jyada present hai ta apan bahrevia abundant species hoega koi agar kat present hai ਤਾਂ ਉਹਦੀ ਜਿਹੜੀ ਕਹ ਲੋ ਡੈਂਸਿਟੀ ਆ ਉਹ ਘਟ ਹੋਏਗੀ ਹੁਣ ਇਹ ਜਿਹੜਾ ਆ ਇਹਨੂੰ ਵੀ ਅਸੀਂ ਕੁਆਡਰੇਟ ਮੈਥਡ ਨਾਲ ਨਾਪ ਸਕਦੇ ਆ ਆਪਾਂ ਪਾਇਆ ਨਾ ਕੁਆਡਰੇਟ ਕਿ ਇੱਕ ਸਪੀਸ਼ੀਸ ਕਿੰਨੀ ਵਾਰ ਮਿਲੇ ਆਪਾਂ ਨੂੰ ਇਤੋਂ ਆਪਾਂ ਡੋਮਿਨੈਂਟ ਸਪੀਸ਼ੀਸ ਵੀ ਕੱਢ ਸਕਦੇ ਆ ਜਿਹੜਾ ਸਾਨੂੰ ਹਰ ਕੁਆਡਰੇਟ ਚ ਬਾਰ-ਬਾਰ ਔਰ ਹਰ ਜਗ੍ਹਾ ਮਿਲੋਗਾ ਉਹ ਹੋ ਗਿਆ ਡੋਮਿਨੈਂਟ ਸਪੀਸ਼ੀਸ ਤਾਂ ਹੁਣ ਜਿਹੜਾ ਅ ਅਬੰਡੈਂਟ ਸਪੀਸ਼ੀਸ ਆ ਇਹਨੂੰ ਅਸੀਂ ਕੈਲਕੂਲੇਟ ਕਰ ਸਕਦੇ ਹਾਂ ਨੰਬਰ ਆਫ ਇੰਡੀਵਿਜੂਅਲਸ ਇਨ 올 ਸੈਂਪਲਸ ਅਪਨ ਨੰਬਰ ਆਫ ਸੈਂਪਲਸ ਇਨ ਵਿੱਚ ਦ ਸਪੀਸ਼ੀਸ ਆਕਰ ਹੁਣ ਅਬੰਡੈਂਟਤਾ ਤਾਂ ਹੀ ਹੋਏਗਾ ਨਾ ਜੇ ਹਰ ਤਕਰੀਬਨ ਕੁਆਡਰੇਟ ਚਾ ਪੰਨੂ ਹਰ ਜਗ੍ਹਾ ਤੇ ਕੋਈ ਸਪੀਸ਼ੀਸ ਮਿਲੇਗਾ ਅਪਨ ਕਿੰਨੇ ਅਸੀਂ ਜਿਹੜੇ ਸੈਂਪਲਸ ਪਾਏ ਆ ਕਿੰਨੇ ਕੁਆਡਰੇਟਸ ਪਾਏ ਆ ਜਿੱਥੇ-ਜਿੱਥੇ ਸਾਨੂੰ ਸਪੈਸ਼ੀਅਲ ਮੰਨ ਲਓ 10 ਕੁਆਡਰੇਟਸ ਪਾਏ ਆ ਇਹ ਤੇ ਸਾਨੂੰ ਨੰਬਰ ਆਫ ਇੰਡੀਵਿਜੂਅਲਸ ਇੱਕ ਸਾਰੇ ਸੈਂਪਲ ਐਚ ਕਿੰਨੇ ਮਿਲੇ ਮੰਨ ਲਓ 50 ਬਾਰ ਸਾਨੂੰ ਬਹਰੇਵਿਆ ਜਿਹੜਾ ਉਹ 50 ਬਾਰ ਮਿਲਿਆ ਤਾਂ 50 10 ਸੀ ਕੁਆਡਰੇਟ ਪਾਏ ਸੀ 50 10 ਤੇ ਇਹਨੂੰ ਕੱਲ ਕੈਲਕੂਲੇਟ ਕਰਕੇ 5 ਅਬੰਡੈਂਸ ਵੈਲਿਊ ਆ ਗਈ ਆਫ that ਸਪੀਸ਼ੀਅਸ ਫਨ ਇਹ ਜਿਹੜੇ ਅਬੰਡੈਂਸ ਤੇ ਬੇਸਿਸ ਤੇ ਫਾਈਵ ਕਲਾਸਸ ਸੌਰੀ ਅਬੰਡੈਂਸ ਨੂੰ ਪੰਜ ਕਲਾਸਸ ਤੇ ਡਿਵਾਈਡ ਕੀਤਾ ਗਿਆ ਹੈ ਰੇਅਰ ਕੋਈ ਸਪੀਸ਼ੀਸ ਕਿਤੇ ਹੀ ਮਿਲਿਆ ਹੈ ਨਾ ਇੱਕ ਵਾਰ ਇੱਥੇ ਮਿਲ ਗਿਆ ਆਪਾਂ ਨੂੰ ਬਾਕੀ ਕਿਸੇ ਹੋਰ ਕੁਆਡਰੈਂਟਸ ਕਿਤੇ ਨਹੀਂ ਮਿਲਿਆ ਉਹ ਹੋ ਗਿਆ ਰੇਅਰ ਫਿਰ ਹੋ ਗਿਆ ਓਕੇਜਨਲ ਓਕੇਜਨਲ ਮਤਲਬ ਕਿ ਇੱਥੇ ਮਿਲ ਗਿਆ ਇੱਥੇ ਮਿਲ ਗਿਆ ਫਿਰ ਇੱਥੇ ਮਿਲ ਗਿਆ ਇੱਥੇ ਹੈਨਾ ਮਿਲ ਗਿਆ ਫ੍ਰੀਕੁਐਂਟ ਮਤਲਬ ਇੱਥੇ 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 ਹਰ ਜਗ੍ਹਾ ਆਪਾਂ ਨੂੰ ਮਿਲੇ ਗਿਆ ਅਬੰਡੈਂਟ ਹੋਰ ਵੀ ਜ਼ਿਆਦਾ ਇੱਕ ਕੋਈ ਬਹਰੇਵਿਆ ਸਪੀਸ਼ੀਸ ਸਭ ਤੋਂ ਜ਼ਿਆਦਾ ਬਾਰ ਮਿਲਿਆ ਉਹ ਹੋ ਗਿਆ ਅਬੰਡੈਂਟ ਵੈਰੀ ਅਬੰਡੈਂਟ ਮਤਲਬ ਜ਼ਿਆਦਾ ਤੋਂ ਜ਼ਿਆਦਾ ਬਹਰੇਵਿਆ ਸੀਗਾ ਅਦਰ ਸਪੀਸ਼ੀਸ ਘੱਟ ਸੀ ਗਿਆ ਤਾਂ ਇਹ ਹੋ ਗਿਆ ਵੈਰੀ ਅਬੰਡੈਂਟ 100% ਜਿਹੜਾ ਆਪਾਂ ਨੂੰ ਮਿਲਦਾ ਆ ਕਿਤੇ ਇੱਕ ਜਗ੍ਹਾ ਭਾਵੇਂ ਨਾ ਮਿਲਿਆ ਹੋਵੇ ਪਰ 99% ਮਿਲਿਆ ਇਹ 99 ਬਾਰ ਮਿਲਿਆ ਇਹਨੂੰ ਅਸੀਂ ਕਹਿੰਦੇ ਆ ਵੈਰੀ ਅਬੰਡੈਂਟ ਸਪੀਸੀਸ ਫਿਰ ਹੁੰਦਾ ਆ ਟੋਟਲ ਐਸਟੀਮੇਟ ਹੁਣ ਟੋਟਲ ਮਤਲਬ ਕਿੰਨੀ ਬਾਰ ਉਹ ਸਪੀਸੀਸ ਮਿਲਿਆ ਜਿਹਦਾ ਕੰਬੀਨੇਸ਼ਨ ਆਫ ਅਬੰਡੈਂਸ ਤੇ ਕਵਰ ਜਿੰਨਾ ਅਸੀਂ ਹੱਲੇ ਉੱਪਰ ਸਟੱਡੀ ਕੀਤਾ ਆ ਸਾਰਿਆਂ ਨੂੰ ਮਿਲਾ ਕੇ ਕਵਰ ਹੋ ਗਿਆ ਅਪੈਂਡੈਂਸ ਹੋ ਗਈ ਇਹ ਸਾਰੇ ਹੁੰਦੇ ਹੈਗੇ ਆ ਟੋਟਲ ਐਸਟੀਮੇਟ ਸਾਡਾ ਕਿਸੇ ਵੀ ਕਮਿਊਨਿਟੀ ਦਾ ਹੁਣ ਅਕੋਰਡਿੰਗ ਟੂ ਬ੍ਰੌਨ ਬਲੈਂਕਟ देयर ਆਰ 6 ਡਿਫਰੈਂਟ ਸਕੇਲਸ ਆਫ ਐਸਟੀਮੇਟ ਫਰਸਟ ਹੈਗੇ ਆ ਇੰਡੀਵਿਜੂਅਲਸ ਆਫ ਇੰਡੀਵਿਜੂਅਲਸ ਆਰ ਪਲੈਂਟੀ ਬਟ ਕਵਰ ਇਜ਼ স্মॉल ਜਿਵੇਂ ਹੁਣ ਘਾਹ ਬਹੁਤ ਜ਼ਿਆਦਾ ਆ ਪਰ ਉਹਨੇ ਏਰੀਆ ਘੱਟ ਕਵਰ ਕੀਤਾ ਕਿਉਂਕਿ ਬਹੁਤ ਛੋਟਾ ਬਰੀਕ ਸਪੀਸੀਸ ਹੈ ਉਹ ਤਾਂ ਉਹ 1 ਤੋਂ 5% ਚ ਆਪਾਂ ਰੱਖ ਲਿਆ ਫਿਰ ਇੰਡੀਵਿਜੂਅਲ ਬਹੁਤ ਜ਼ਿਆਦਾ ਆ ਨਿਊਮਰੀਅਸ ਮਤਲਬ ਜ਼ਿਆਦਾ ਆ ਪਰ ਉਹ ਸਮਾਲ ਆ ਕੁਝ ਵੱਡੇ ਆ ਕੁਝ ਛੋਟੇ ਆ ਤਾਂ ਉਹਨਾਂ ਦਾ ਜਿਹੜਾ ਕਵਰ ਆ ਉਹ ਮੰਨ ਲਓ 40% ਹੋ ਗਿਆ ਸੌਰੀ 20% ਹੋ ਗਿਆ 15 ਤੋਂ 20 ਜਾਂ 5% ਆ ਤਾਂ 6 ਤੋਂ ਕੈਲੋਰੀ 20 22% ਹੋ ਗਿਆ ਫਿਰ ਇੰਡੀਵਿਜੂਅਲਸ ਘਟਿਆ ਕਿਤੇ ਘਟ ਕਿਤੇ ਵਧ ਪਰ ਕਵਰ ਉਹਦਾ ਜਿਹੜਾ ਆ 25 ਤੋਂ 50% ਨੇ ਏਰੀਆ ਕਵਰ ਕੀਤਾ ਹੋਇਆ ਆ ਫਿਰ ਇੰਡੀਵਿਜੂਅਲਸ ਕਿਤੇ ਘਟ ਕਿਤੇ ਵਧ ਪਰ ਕਵਰ ਜਿਹੜਾ ਆ ਉਹਨੇ 75% ਏਰੀਆ ਕਵਰ ਕੀਤਾ ਹੋਇਆ ਆ ਮੋਟੇ ਆ ਸਪੀਸੀਜ਼ ਤੇ ਇੰਡੀਵਿਜੂਅਲਸ ਆਫ ਸਪੀਸੀਜ਼ ਪਲੈਂਟੀ ਕਵਰ ਜਿਹੜਾ ਆ ਉਹਨੇ ਬਹੁਤ ਜਿਵੇਂ ਹੁਣ ਪਿੱਪਲ ਦਾ ਦਰਖਤ ਕਿੰਨਾ ਏਰੀਆ ਕਵਰ ਕੀਤਾ ਹੋਇਆ ਹੁੰਦਾ ਆ ਤਾਂ ਉਹਨੂੰ ਅਸੀਂ 75 ਤੋਂ 100% ਕਲਾਸ ਚ ਰੱਖ ਲਈਦਾ ਆ ਫਿਰ ਸੇਮ ਵੇ ਅਸੀਂ ਜਿਹੜਾ ਕੈਲਕੂਲੇਟ ਕਰ ਲਈਦਾ ਆ ਆਪਾਂ ਹਾਈਟ ਦੇਖ ਲਈਦੀ ਆ ਪlant ਦੀ ਟਰੀਜ਼ ਦੀ weight ਦੇਖੀਦਾ ਆ volume ਦੇਖੀਦਾ ਆ ਹੁਣ ਇਹਨਾਂ ਦੇ ਅਲੱਗ-ਅਲੱਗ ਮੈਥਡਸ ਹੈਗੇ ਆ ਉੱਥੇ ਤੱਕ ਚਲੋ ਅਸੀਂ ਅ ਨਈ ਐਨੇ ਮੈਥਡਸ ਪੜਨੇ ਹੈਗੇ ਤੁਹਾਡੇ ਸਿਲੇਬਸ ਚ ਨਹੀਂ ਹੈਗਾ ਤਾਂ ਬਸ ਤੁਸੀਂ ਹੈ ਆ ਯ ਆਪਾਂ ਹੁਣ ਸਿੰਪਲ ਮੈਥਡ ਆਇਆ ਕਿ ਸੇ ਚੀਜ਼ ਨੂੰ ਸਕੇਲ ਨਾਲ ਨਾਪ ਲਈਦਾ ਆ ਧਾਗਾ ਧਾਗੇ ਨਾਲ ਨਾਪ ਕੇ ਉਹਨੂੰ ਸਕੇਲ ਤੇ ਰੱਖ ਕੇ ਨਾਪ ਲਓ ਜੇ ਇਦਾਂ ਤੁਹਾਡ ਨੂੰ ਔਖੀ ਹੁੰਦੀ ਆ ਵੋਲਿਊਮ ਨਾਪਣਾ ਆ ਤਾਂ ਥ੍ਰੈਡ ਇਦਾਂ ਲਗਾ ਕੇ ਨਾਪ ਕੇ ਉਹਨੂੰ ਇਦਾਂ ਸਕੇਲ ਤੇ ਨਾਪ ਲਓ ਕਿੰਨੇ ਸੈਂਟੀਮੀਟਰ ਦਾ ਥ੍ਰੈਡ ਹੋਇਆ ਉਨੀ ਵਿਡਥ ਹੋ ਗਈ ਵੌਲਿਊਮ ਆ ਫ੍ਰੈਸ਼ weight ਉਹਦਾ ਨਾਪ ਲਓ ਫਿਰ ਡਰਾਈ weight ਨਾਪ ਲਓ ਓਵਰਨਾਈਟ oven ਚ ਰੱਖ ਕੇ 60° 30° ਟੈਂਪਰੇਚਰ ਪਾਰਟਿਕੂਲਰ ਸਪੀਸੀਜ਼ ਦਾ ਵੇਰੀ ਕਰਦਾ ਆ ਟੈਂਪਰੇਚਰ ਸੈੱਟ ਕਰਕੇ ਰਾਤ ਪਰ ਪਿਆ ਰੰਦੋ ਫਿਰ ਉਹਦਾ ਡਰਾਈ weight ਲੈ ਲਓ ਫ੍ਰੈਸ਼ weight ਮਾਈਨਸ ਡਰਾਈ weight ਤਾਂ ਉਹ ਵੌਲਿਊਮ ਆ ਜਾਊਗਾ ਉਹਦਾ ਕਿੰਨਾ ਵੌਲਿਊਮ ਹੈਗਾ ਆ ਇਹ ਡਿਫਰੈਂਟ ਮੈਥਡਸ ਆ ਫਿਰ ਜਿਹੜਾ ਮੋਸਟ ਇੰਪੋਰਟੈਂਟ ਸਦਾ ਫੈਕਟਰ ਹੈਗਾ दैट इज ਫ੍ਰੀਕੁਐਂਸੀ ਫ੍ਰੀਕੁਐਂਸੀ ਦਾ ਮਤਲਬ ਕਿ ਜਦੋਂ ਅਸੀਂ ਕਿਸੇ ਇਕੋਸਿਸਟਮ ਚ ਜਾਂਦੇ ਆ ਮੰਨ ਲਓ ਸਾਨੂੰ ਕੋਈ ਸਪੀਸ਼ੀਸ ਕਿੰਨੀ ਫ੍ਰੀਕੁਐਂਟਲੀ ਮਿਲਦਾ ਹੈ ਰੇਅਰ ਤਾਂ ਹੋ ਗਿਆ ਕਿ ਇੱਥੇ ਮਿਲਿਆ ਮੁੜ ਕੇ ਉਹ ਕਿਤੇ ਸਾਨੂੰ ਦਿਖਿਆ ਹੀ ਨਹੀਂ ਸਪੀਸ਼ੀਸ ਜਾਂ ਇੰਡੀਵਿਜੂਅਲ ਫ੍ਰੀਕੁਐਂਸੀ ਕੀ ਹੋ ਗਈ ਇੱਥੇ ਮਿਲਿਆ ਇੱਥੇ ਵੀ ਮਿਲ ਗਿਆ ਫਿਰ ਸਾਨੂੰ ਇੱਥੇ ਵੀ ਮਿਲ ਗਿਆ ਚਲੋ ਇੱਥੇ ਨਹੀਂ ਮਿਲਿਆ ਤਾਂ ਫਿਰ ਸਾਨੂੰ ਇੱਥੇ ਇਕੱਠੇ ਹੀ 2-3 ਮਿਲ ਗਏ ਫੇਰ ਇੱਥੇ ਮਿਲ ਗਿਆ ਫੇਰ ਛੱਡ ਕੇ ਇੱਥੇ ਮਿਲ ਗਿਆ ਤਾਂ ਇਹ ਫ੍ਰੀਕੁਐਂਟ ਕਿੰਨੀ ਫ੍ਰੀਕਵੈਂਸੀ ਨਾਲ ਸਾਨੂੰ ਕੋਈ ਸਪੀਸ਼ੀਜ਼ ਕਿੱਥੇ ਪ੍ਰੈਜ਼ੈਂਟ ਹੈਗਾ ਆ ਕਿ ਮਿਲਦਾ ਆ ਫੀਲਡ ਦੇ ਵਿੱਚ ਉਹਨੂੰ ਆਪਾਂ ਕਹਿੰਨੇ ਆ ਫ੍ਰੀਕੁਐਂਸੀ ਫ੍ਰੀਕੁਐਂਸੀ ਨੂੰ ਅਗਰ ਡਿਫਾਈਨ ਕਰਨਾ ਹੋਵੇ ਜਾਂ ਇਹਦੇ ਲਈ ਫਾਰਮੂਲਾ ਜਿਹੜਾ ਆ ਉਹ ਹੈਗਾ ਆ ਫਾਰਮੂਲੇ ਤੇ ਹੀ ਬੇਟਾ ਤੁਸੀਂ ਡਿਫਾਈਨ ਕਰ ਸਕਦੇ ਹੋ ਨ ਟੋਟਲ ਨੰਬਰ ਆਫ ਕੁਆਡਰੇਟਸ ਇਨ ਵਿੱਚ ਦ ਸਪੀਸ਼ੀਅਸ ਅਕਰ ਅਪਨ ਟੋਟਲ ਨੰਬਰ ਆਫ ਕੁਆਡਰੇਟਸ ਸਟੱਡੀਡ ਇਨਟੂ 100 ਮਤਲਬ ਕਿੰਨੇ ਕੁਆਡਰੇਟਸ ਕੋਈ ਸਪੀਸ਼ੀਅਸ ਸਾਨੂੰ ਮਿਲਿਆ ਮੰਨ ਲਓ ਬੋਹਰੇਵਿਆ ਜਿਹੜਾ ਆ ਉਹ ਸਾਨੂੰ 9 ਕੁਆਡਰੇਟਸ ਚ ਮਿਲਿਆ ਠੀਕ ਹੈ ਔਰ ਟੋਟਲ ਕੁਆਡਰੇਟਸ ਅਸੀਂ ਸਟੱਡੀ ਕਿਤੇ 10 ਤਾ ਇਹ ਜਿਹੜਾ ਆ ਇੰਟੂ 100 ਇਹ ਹੋ ਗਈ ਆਪਣੀ ਫ੍ਰੀਕਵੈਂਸੀ ਕਿ ਨੌ ਬਾਰ ਸਾਨੂੰ ਬਾਹਰੇ ਵੀ ਆ ਨ ਕਵਾਡਰੇਟਸ ਚ ਮਿਲੇ ਆ 10 ਅਸੀਂ ਪਾਏ ਸੀਗੇ ਜਾਂ 8 ਕਵਾਡਰੇਟਸ ਚ ਮਿਲੇ ਆ 10 ਆਪਾਂ ਪਾਏ ਸੀ ਤਾਂ 8/10 100 ਇਹ ਕੈਲਕੂਲੇਟ ਕਰਕੇ ਫ੍ਰੀਕਵੈਂਸੀ ਆ ਜਾਣੀ ਤਾਂ ਟੇਬਲ ਬਣਿਆ ਹੋਇਆ ਜਿਵੇਂ ਬਾਹਰੇ ਵੀ ਆਇਆ ਪਹਿਲੇ ਚ ਮਿਲੇ ਆ ਦੋਸਰੇ ਤੀਸਰੇ ਚ ਨਹੀਂ ਮਿਲੇ ਆ ਫਿਰ 6ਵੇਂ 7ਵੇਂ 8ਵੇਂ ਚ ਮਿਲ ਗਿਆ ਹਨਾ ਫੇਰ 9 ਵਿੱਚ ਨਹੀਂ ਮਿਲਿਆ 10 ਵਿੱਚ ਮਿਲ ਗਿਆ ਤਾਂ ਹੁਣ ਇਹਨੇ ਇੱਕ ਦੇਖੋ ਇੱਕ ਦੋ ਤਿੰਨ ਚਾਰ ਔਰ ਪੰਜ ਪੰਜ ਵਾਰ ਮਿਲਿਆ ਸੀ 10 ਸਕੁਆਇਰਟ ਨੇ ਟੋਟਲ ਆ ਦੇਖੋ ਇੱਥੇ 10 ਆ 10 ਸਕੁਆਇਰਟ ਟੋਟਲ ਪਾਏ ਆ ਤਾਂ 5 10 100 ਤਾਂ ਬਾਹਰ ایرিয়া ਦਾ ਇਹ ਜਿਹੜਾ ਆ ਫ੍ਰੀਕਵੈਂਸੀ ਆ ਗਈ ਫਿਰ ਇਹ ਹੁਣ ਫ੍ਰੀਕਵੈਂਸੀ ਵੈਲਿਊ ਹਰ ਸਪੀਸੀਜ਼ ਦੇ ਮਤਲਬ ਡਿਫਰੈਂਟ ਕਲਾਸਿਸ ਚ ਡਿਵਾਈਡ ਕਰਕੇ ਫ੍ਰੀਕਵੈਂਸੀ ਵੈਲਿਊ ਦਿੱਤੀ ਹੁੰਦੀ ਆ ਤਾਂ ਆਪਾਂ ਨਾਪ ਸਕਦੇ ਆ ਆਪਣਾ ਮੰਨ ਲਓ ਸਾਨੂੰ 20% ਸਾਡੀ ਬਹਰੇਵਿਆ ਦੀ ਫ੍ਰੀਕਵੈਂਸੀ ਆਈ ਆ ਤਾਂ ਆਪਾਂ ਉਹਨੂੰ ਕਲਾਸ A ਚ ਰੱਖਾਂਗੇ ਹੁਣ ਬੇਟਾ ਜਿੱਦਾਂ ਤੁਹਾਨੂੰ ਗ੍ਰੇਡਸ ਮਿਲਦੇ ਆ CBSE ਵਗੈਰਾ ਚ ਤਾਂ ਉਹਨਾਂ ਨੇ ਇੱਕ ਕੈਟੇਗੋਰਾਇਜ਼ ਕੀਤਾ ਹੁੰਦਾ ਆ ਕਿ ਬਿਲੋ 30 ਤਾਂ ਉਹ ਫੇਲ ਹੀ ਮੰਨਦੇ ਆ ਹੁਣ 30 ਤੋਂ 40% ਨੂੰ ਮੰਨ ਲੋ ਉਹਨਾਂ ਨੇ ਡੀ ਕੈਟਾਗਰੀ ਜਾਂ ਈ ਗ੍ਰੇਡ ਚ ਰੱਖਿਆ ਆ ਫਿਰ 50 ਤੋਂ ਉੱਪਰ 40 ਤੋਂ 60 ਮੰਨ ਲੋ ਰੱਖਿਆ ਆ ਉਹਨਾਂ ਨੇ ਡੀ ਫੇਰ 50 ਤੋਂ 60 ਸੀ ਚ ਰੱਖਿਆ ਆ 60 ਤੋਂ 70 ਇਆ 75 ਮੰਨ ਲਓ ਵਿੱਚ ਰੱਖਿਆ ਆ ਫਿਰ 75 ਤੋਂ ਅਬ 100 ਤੱਕ a ਜਾਂ a+ ਚ ਰੱਖਿਆ ਆ ਇੱਦਾਂ ਹੀ ਇਹਨਾਂ ਨੇ ਜਿਹੜੀ ਫ੍ਰੀਕੁਐਂਸੀ ਨੂੰ ਡਿਫਰੈਂਟ ਕਲਾਸੇਸ ਚ ਵੰਡੇ ਆ 1 ਤੋਂ 20% a ਫਿਰ 21 ਤੋਂ 40 b 41 ਤੋਂ 61 d ਜਿਹੜੀ ਆ 61 ਤੋਂ 80 ਠੀਕ ਹੈ 81 ਤੋਂ 100 हूँ जरा रॉनकेयर स एक लॉ दिता सी लॉ ऑफ फ्रिकुएंसी यम्पोर्टेंट आकॉर्डिंग टू दिस लॉ क्लास ए जड़ी आ ग्रेटर दैन बी हूँ आ बी जी आ ग्रेटर दैन सी होंगी आ सी ओहो ग्रेटर दैन या ईक्वल टू इक्वल टू या फिर ਲੋਅਰ ਦੈਨ ਲੈਸਰ ਦੈਨ ਡੀ ਹੁੰਦੀ ਹੈ ਠੀਕ ਹੈ ਤੇ ਪਰ ਜਿਹੜੀ ਡੀ ਹੁੰਦੀ ਆ ਉਹ ਲੈਸ ਦੈਨ ਈ ਹੁੰਦੀ ਆ ਤਾਂ ਇਹ ਆ ਸਾਇੰਸ ਨਾਲ ਆਪਾਂ ਦਾ ਡਿਨੋਟ ਕਰਦੇ ਆ ਏ ਇਜ਼ ਗ੍ਰੇਟਰ ਦੈਨ ਬੀ ਬੀ ਇਜ਼ ਗ੍ਰੇਟਰ ਦੈਨ ਸੀ ਸੀ ਜਿਹੜੀ ਆ ਗ੍ਰੇਟਰ ਇਕੁਅਲ ਔਰ ਲੈਸਰ ਦੈਨ ਡੀ ਡੀ ਤਾਂ ਹਮੇਸ਼ਾ ਲੈਸਰ ਦੈਨ ਈ ਹੁੰਦੀ ਆ ਰੋਂਕੀਰ ਨੇ ਇੱਕ ਨਾਰਮਲ ਫ੍ਰੀਕੁਐਂਸੀ ਡਾਇਗ੍ਰam ਦਿੱਤਾ ਸੀਗਾ 바ਰ ਡਾਇਗ੍ਰam ਇਹ ਐਕਚੁਅਲੀ ਜ ਬਣਿਆ ਸੀਗਾ ਆ ਜਿੱਦਾਂ ਉੱਪਰ ਜਿਹੜਾ ਆਹ ਟੇਬਲ ਬਣਾਇਆ ਆ ਇਹਦੇ ਤੋਂ ਆਹ ਫ੍ਰੀਕੁਐਂਸੀ ਵੈਲਿਊ ਕੱਢ ਕੇ ਜਿੱਦਾਂ 50% 70% 20% ਤਾਂ ਇਹਨੂੰ ਫੇਰ 바ਰ ਡਾਇਗ੍ਰam ਨਾਲ ਐਕਸਪਲੇਨ ਕੀਤਾ ਸੀਗਾ ਦਿੱਤਾ ਸੀਗਾ ਇੱਕ ਆ ਦੇਖੋ ਇਸ ਤਰ੍ਹਾਂ ਨੇ ਨਾਰਮਲ ਜਿਹੜੀ ਫ੍ਰੀਕੁਐਂਸੀ ਡਾਇਗ੍ਰam ਦਿੱਕਤਾ ਸੀਗਾ ਹੁਣ ਜਿਹੜਾ ਰਿਲ ਇੱਕ ਹੁੰਦਾ ਰਿਲੇਟਿਵ ਫ੍ਰੀਕੁਐਂਸੀ ਆਫ ਅ ਸਪੀਸੀਜ਼ ਰਿਲੇਟਿਵ ਫ੍ਰੀਕੁਐਂਸੀ ਆਫ ਅ ਸਪੀਸੀਜ਼ ਦੀ ਡਿਟਰਮਾਈਨ ਕਰ ਸਕਦੇ ਆ ਫ੍ਰੀਕੁਐਂਸੀ ਆਫ ਦਾ ਸਪੀਸੀਜ਼ ਅਪਾਨ ਸਮ ਆਫ ਦਾ ਫ੍ਰੀਕੁਐਂਸੀ ਫੋਰ ਆਲ ਸਪੀਸੀਜ਼ ਜਿੱਦਾਂ ਇੱਕ ਸਪੀਸੀਜ਼ ਦੀ ਫ੍ਰੀਕੁਐਂਸੀ ਅਪਨ ਜਿੱਦਾਂ ਅਸੀਂ ਉੱਪਰ ਆਹ ਟੇਬਲ ਪੜਿਆ ਉਹ ਚ ਪੰਜ ਸਪੀਸੀਜ਼ ਦੀ ਫ੍ਰੀਕਵੈਂਸੀ ਲੱਭੀ ਆ ਤਾਂ ਇਹਨਾਂ ਪੰਜ ਸਪੀਸੀਜ਼ ਦੀ ਫ੍ਰੀਕਵੈਂਸੀ ਦਾ ਸਮ ਕਰਕੇ ਸਾਰੀ ਸਪੀਸੀਜ਼ ਦੀ ਫ੍ਰੀਕਵੈਂਸੀ ਦਾ ਸਮ ਕਰਕੇ ਤਾਂ ਉਹ ਇਨ ਟੂ 100 ਕਰਨਾ ਇੱਥੇ ਆ ਗਿਆ ਇੱਕ ਸਪੀਸੀਜ਼ ਦੀ ਫ੍ਰੀਕਵੈਂਸੀ ਇੱਥੇ ਆ ਗਿਆ ਸਮ ਆਫ ਫ੍ਰੀਕਵੈਂਸੀਜ਼ ਆਫ ਆਲ ਦਾ ਸਪੀਸੀਜ਼ ਤੇ ਇੰਟੂ 100 ਇਹ ਹੋ ਗਿਆ ਰਿਲੇਟਿਵ ਫ੍ਰੀਕੁਐਂਸੀ ਫੇਰ ਬੇਟਾ ਜਿਹੜਾ ਵੈਰੀ ਇੰਪੋਰਟੈਂਟ ਫੈਕਟਰ ਹੈਗਾ ਉਹ ਹੈਗਾ ਇੰਪੋਰਟੈਂਸ ਵੈਲਿਊ ਇੰਡੈਕਸ ਹੁਣ ਆਈਵੀਆਈ ਜਿਹੜਾ ਕਿਸੇ ਵੀ ਸਪੀਸ਼ੀਅਸ ਦਾ ਹੈਗਾ ਆ ਆਈਵੀਆਈ ਦਾ ਮਤਲਬ ਕਿ ਜਿੰਨੀ ਵਾਰ ਸਾਨੂੰ ਜ਼ਿਆਦਾ ਕੋਈ ਸਪੀਸ਼ੀਅਸ ਮਿਲੂਗਾ ਉਹ ਉਸ ਏਰੀਆ ਦਾ ਇੰਪੋਰਟੈਂਟ ਸਪੀਸ਼ੀਅਸ ਹੈ ਤਾਂ ਕਰਕੇ ਆਪਾਂ ਇਹਨੂੰ ਕਹਿੰਨੇ ਆ ਆਈਵੀਆ ਜਾਂ ਇੰਪੋਰਟੈਂਸ ਵੈਲਿਊ ਇੰਡੈਕਸ ਤਾਂ ਆਈਵੀਆ ਤੇ ਅਕੋਰਡਿੰਗ ਆਪਾਂ ਨੂੰ ਪਤਾ ਲੱਗ ਜਾਂਦਾ ਆ ਕਿ ਮੰਨ ਲਓ ਈਵਾਲਵਰਸ ਜਿਹੜਾਇਆ ਉਹੋ ਉੱਥੇ ਬਹੁਤ ਘੱਟ ਕਹਿ ਲਓ ਕਿ ਕੱਟ ਡੈਂਸਿਟੀ ਉਹਦੀ ਹੈਗੀ ਆ ਫ੍ਰੀਕਵੈਂਸੀ ਹੈਗੀ ਆ ਜਾਂ ਫਿਰ ਨਹੀਂ ਅਬੰਡੈਂਟ ਹੋ ਸਪੀਸੀਸ ਹੈਗਾ ਤੇ ਬਾਹਰੇ ਵੀ ਆ ਮਨ ਲੋ ਬਹੁਤ ਜ਼ਿਆਦਾ ਮਿਲਿਆ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਸ ਟ੍ਰੌਪੀਕਲ ਜਾਂ ਡੈਸੀਡੀਅਸ ਫੋਰੈਸਟ ਜਾਂ ਐਵਰਗ੍ਰੀਨ ਫੋਰੈਸਟ ਦੇ ਵਿੱਚ ਬਾਹਰੇਵੀਆਂ ਜਿਹੜਾ ਆ ਇਟ ਇਜ਼ ਡੋਮੀਨੈਂਟ ਸਪੀਸੀਜ਼ ਜਾਂ ਫੋਰੈਸਟ ਇਸ ਡੋਮੀਨੇਟਿਡ ਬਾਈ ਬਾਹਰੇਵੀਆਂ ਸਪੀਸੀਜ਼ ਹਨਾ ਇਹ ਤਾਂ ਆਪਾਂ ਇੰਪੋਰਟੈਂਸ ਵੈਲਿਊ ਇੰਡੈਕਸ ਕੱਢਦੇ ਹਾਂ ਕਿ ਆਪਾਂ ਨੂੰ ਡੈਂਸਿਟੀ ਵੀ ਪਤਾ ਲੱਗ ਗਈ ਕਵਰ ਵੀ ਫ੍ਰੀਕੁਐਂਸੀ ਵੀ ਤਾਂ ਫਿਰ ਸਾਰਿਆਂ ਨੂੰ ਕੈਲਕੂਲੇਟ ਕਰਕੇ ਆਪਾਂ ਇੱਕ ਇੰਪੋਰਟੈਂਸ ਵੈਲਿਊ ਇੰਡੈਕਸ ਜਿਵੇਂ ਤੁਸੀਂ ਫਾਈਲ ਦੇ ਅੱਗੇ ਲਿਖਦੇ ਆਂ ਇੰਡੈਕਸ ਕਿ ਪਹਿਲੇ ਨੰਬਰ ਤੇ ਕਿਹੜਾ ਸੀ ਪ੍ਰੈਕਟੀਕਲ ਕਿਤਾ ਸੈਕਿੰਡ ਤੇ ਕਿਹੜਾ ਇਸੇ ਤਰ੍ਹਾਂ ਐਦਾਂ ਸਪੀਸੀਜ਼ ਦੀ ਆਪਾਂ ਨੂੰ ਇੰਡੈਕਸ ਵੈਲਿਊ ਮਿਲ ਜਾਂਦੀ ਹੈ ਮੰਨ ਲਓ ਕਿ ਇਸੇ ਦੀ 100% ਹੈ ਜਾਂ 99.80% ਤਾਂ ਉਹ ਆ ਸਕੈਲਸ ਏਦਾਂ ਤੁਹਾਨੂੰ ਨਹੀਂ ਵੀ ਸਮਝ ਆਇਆ ਜਾਂ ਇਹਨੂੰ ਐਨਾ ਸਮਝਣ ਦੀ ਲੋੜ ਨਹੀਂ ਡਰਾ ਕਰਨ ਦੀ ਵੀ ਲੋੜ ਨਹੀਂ ਹੈਗੀ ਬਸ ਤੁਹਾਨੂੰ ਆਈਵੀਆਈ ਦਾ ਕਨਸੈਪਟ ਜਿਹੜਾ ਆ ਉਹ ਪਤਾ ਹੋਣਾ ਚਾਹੀਦਾ ਹੈ ਇਹ ਇੰਪੋਰਟੈਂਸ ਵੈਲਿਊ ਇੰਡੈਕਸ ਜਿਹੜੀ ਆ ਉਹਨੂੰ ਅਸੀਂ ਇੱਕ ਗ੍ਰਾਫ ਦੇ ਦੁਆਰਾ ਸਟੱਡੀ ਕਰਦੇ ਹਾਂ ਜਿਹਨੂੰ ਪੋਲੀਗ੍ਰਾਫ ਜਾਂ ਫਾਈਟੋਗ੍ਰਾਫ ਵੀ ਕਹਿੰਦੇ ਆ ਆ ਜਿਹੜਾ ਹੈਗਾ ਆ ਇਹ ਪੋਲੀਗ੍ਰਾਫ ਜਾਂ ਫਿਰ ਫਾਈਟੋਗ੍ਰਾਫ ਆ ਉਨ ਜਿਹੜਾ ਆ ਆਈ ਵੀ ਆਇਆ ਇਹਨੂੰ ਕੈਲੋ ਕੀ ਇਹਦਾ ਵੀ ਪੂਰਾ ਇੱਕ ਟੇਬਲ ਅਸੀਂ ਬਣਾਨੇ ਆ ਜਿਵੇਂ ਫ੍ਰੀਕਵੈਂਸੀ ਡੈਂਸਿਟੀ ਦਾ ਬਣਿਆ ਤਾਂ ਆਈ ਵੀ ਆਈ ਕੈਲਕੂਲੇਟ ਕਰਕੇ ਵੀ ਇਦਾਂ ਹੀ ਇੱਕ ਟੇਬਲ ਬਣਦਾ ਆ ਸਪੀਸੀਜ਼ ਦਾ ਓਵਰ ਸਟੇਬਲ ਤੋਂ ਫਿਰ ਫਟ ਦੇਣੀ ਆਪਾਂ ਦੱਸ ਦਿਆਂ ਕਿ ਇਹ ਅਬੰਡੈਂਟ ਸਪੀਸੀਸ ਹੈ ਜਾਂ ਫੋਰੈਸਟੀ ਗ੍ਰਾਸ ਲੈਂਡ ਇਸ ਸੀਜ਼ਨਲ ਡੋਮਿਨੇਟਿਡ ਹੈ। ਔਰ ਕਹ ਲੋ ਕਿ ਇਕੋਲੋਜੀ ਦਾ ਇਹ ਕਮਿਊਨਿਟੀ ਫੈਕਟਰਸ ਦਾ ਸਭ ਤੋਂ ਇੰਪੋਰਟੈਂਟ ਫੈਕਟਰ ਆਈਵੀਆ ਇਹਦੇ ਤੋਂ ਹੀ ਜਿਹੜੇ ਕਹ ਲੋ ਕਿ ਰਿਸਰਚ ਕਰਦੇ ਆ ਉਹ ਸਭ ਤੋਂ ਪਹਿਲਾਂ ਆਈਵੀਆ ਦੇਖ ਲੈਂਦੇ ਆ। ਜਦੋਂ ਉਹਨਾਂ ਨੇ ਆਪਣਾ ਸਟੱਡੀ ਕਰਨਾ ਹੁੰਦਾ ਆ ਤਾਂ ਉਹਦੇ ਤੋਂ ਬਾਅਦ ਫਿਰ ਆਪਣੇ ਸਟੱਡੀ ਜਿਹੜੀ ਹੈ ਫਰਦਰ ਇਲਾਬਰੇਟ ਕਰਦੇ ਆਂ ਪੜ੍ਹ ਲਿਓ ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ ਟੇਲ ਥੈਂਕ ਯੂ ਗੁੱਡ ਬਾਏ ਬੇਟਾ